ਅਵਾਰਾ ਪਸ਼ੂ ਨੂੰ ਬਚਾਉਂਦੇ ਬਚਾਉਂਦੇ ਵੱਡਾ ਹਾਦਸਾ ਹੋ ਗਿਆ। ਇਹ ਹਾਦਸਾ ਦੇਖ ਕੇ ਤੁਹਾਡੇ ਤਰਾਹ ਨਿਕਲ ਜਾਣਗੇ। ਦਰਅਸਲ ਟਰੱਕ ਦਾ ਟਾਇਰ ਫਸ ਗਿਆ, ਬੇਕਾਬੂ ਹੋ ਕੇ ਗੱਡੀ ਡਿਵਾਈਡਰ ਦੇ ਨਾਲ ਟਕਰਾ ਗਈ ਤਾਂ ਬੰਦਾ ਸਟੀਅਰਿੰਗ ਦੇ ਵਿੱਚ ਫਸ ਗਿਆ। ਅਬੋਹਰ ਦੇ ਆਲਮਗੜ੍ਹ ਬਾਈਪਾਸ ਨੇੜੇ ਇੱਕ ਸੜਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਕਿ ਟਰੱਕ ਦੇ ਅੱਗੇ ਆਏ ਅਵਾਰਾ ਪਸ਼ੂ ਨੂੰ ਬਚਾਉਂਦੇ ਬਚਾਉਂਦੇ ਇਹ ਪੂਰਾ ਟਰੱਕ ਡਿਵਾਈਡਰ ਦੇ ਨਾਲ ਜਾ ਟਕਰਾਇਆ। ਇਸੇ ਚੱਕਰ ਦੇ ਵਿੱਚ ਇਹ ਟਾਇਰ ਫਟਿਆ ਤੇ ਉਸ ਤੋਂ ਬਾਅਦ ਇਹ ਟਰੱਕ ਪਲਟਦਾ ਆ ਤੇ ਹਾਦਸੇ ਦੌਰਾਨ ਡਰਾਈਵਰ ਸਟੀਅਰਿੰਗ ਦੇ ਵਿੱਚ ਫਸਿਆ, ਜਿਸ ਨੂੰ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਮਾਲੀ ਨੁਕਸਾਨ ਤੇ ਸਿਹਤ ਦਾ ਨੁਕਸਾਨ ਕਾਫੀ ਹੋਇਆ। ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵਾ ਸਾਈਡ ਦੇ ਉੱਤੇ ਬਠਿੰਡਾ ਚੌਂਕ ਦੇ ਵਿੱਚ ਅਵਾਰਾ ਪਸ਼ੂਆਂ ਦਾ ਕਹਿਰ ਅਕਸਰ ਵੇਖਣ ਨੂੰ ਮਿਲਦਾ ਹੈ। ਪ੍ਰਸ਼ਾਸਨ ਇਹਦੇ ਤੇ ਕੀ ਕਰ ਰਿਹਾ, ਇਹ ਵੱਡੇ ਸਵਾਲ ਖੜੇ ਹੁੰਦੇ ਨੇ। ਇਹ ਜੀ ਸਵੇਰੇ 6 ਵਜੇ ਦਾ ਟਾਈਮ ਸੀਗਾ ਜੀ, ਉਧਰੋਂ ਆਉਂਦੇ ਸੀਗੇ। ਇੱਥੇ 2-3 ਪਸ਼ੂ ਅਵਾਰਾ ਜਿਹੜੇ ਫਿਰਦੇ ਹੁੰਦੇ ਹੈਗੇ, ਉਹ ਪਹਿਲਾਂ ਉਸ ਸਾਈਡ ਤੇ ਖੜੇ ਸੀਗੇ, ਉਹਨਾਂ ਨੂੰ ਬਚਾਉਣ ਦੇ ਚੱਕਰ ਚ ਇੱਧਰ ਜਦੋਂ ਗੱਡੀ ਸਾਈਡ ਤੇ ਕੀਤੀ, ਗੱਡੀ ਸਾਈਡ ਤੇ ਕਰਨ ਦੇ ਕਾਰਨ ਉਹ ਭੱਜ ਕੇ ਮੂਹਰੇ ਹੋ ਗਈ। ਮੂਹਰੇ ਹੋਣ ਦੇ ਕਾਰਨ ਗੱਡੀ ਡਿਵਾਈਡਰ ਦੇ ਨਾਲ ਟਾਇਰ ਲੱਗ ਗਿਆ ਤੇ ਉਸ ਤੋਂ ਬਾਅਦ ਟਾਇਰ ਫਟ ਗਿਆ, ਗੱਡੀ ਕੰਟਰੋਲ ਤੋਂ ਬਾਹਰ ਹੋ ਗਈ। ਜਾਨ ਵਿੱਚੋਂ ਬਸ ਆਪ ਹੀ ਨਿਕਲ ਕੇ ਆਏ ਆ ਜੀ, ਕਿਸੇ ਨੇ ਕੋਈ ਹੈ ਨੀ ਸੀਗਾ, ਕੋਈ ਇੱਥੇ ਕੱਢਣ ਵਾਲਾ ਕੋਈ ਨਹੀਂ ਆਇਆ। ਆਪਣੇ ਆਪ ਹੀ ਵਿੱਚੋਂ ਨਿਕਲੇ ਹੈਗੇ, ਸਟੀਅਰਿੰਗ ਦੇ ਵਿੱਚ ਫਸ ਗਏ ਸੀਗੇ ਤੇ ਉਸ ਤੋਂ ਬਾਅਦ ਆਪ ਹੀ ਬਸ ਕਾਰਨ ਟਾਇਰ ਪਟ ਗਿਆ ਨਾਲ ਦੀ ਨਾਲ ਹੀ। ਉਸ ਤੋਂ ਬਾਅਦ ਉਹ ਤੋਂ ਗੱਡੀ ਬੇਕਾਬੂ ਹੋ ਗਈ ਜੀ, ਮਦਦ ਕੀਤੀ ਜੀ। ਇੱਕ ਮਗਰ ਸਾਡੇ ਗੱਡੀ ਆਉਂਦੀ ਸੀਗੀ ਬਾਬਿਆਂ ਦੀ, ਗੁਰਦੁਆਰਾ ਸਾਹਿਬ ਦੀ, ਉਹਨਾਂ ਬੰਦਿਆਂ ਨੇ ਸਾਡੀ ਮਦਦ ਕੀਤੀ ਆ। ਪਰਨਾ ਵੀ ਉਹ ਸਾਰਾ ਕੁਛ ਉਹ ਦੇ ਗਏ ਆ ਜੀ, ਸਾਡੇ ਕੱਪੜੇ ਵਿੱਚੋਂ ਨਿਕਲੇ ਨੀ, ਕੱਪੜੇ ਤਾਂ ਫਿਰ ਅਸੀਂ ਆਪ ਹੀ ਨਿਕਲੇ ਵਿੱਚੋਂ। ਗੱਡੀ ਕਿੱਥੇ ਜਾ ਰਹੀ ਸੀ? ਗੰਗਾਨਗਰ ਜਾ ਰਹੀ ਸੀ, ਰਾਮਪੁਰਾ ਫੂਲ ਤੋਂ ਜਾ ਰਹੀ ਸੀ।